ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਲੌਗਰ ਭਾਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਆਸ ਹੈ ਤੁਸੀਂ ਆਪਣੇ ਘਰੋਂ ਘਰੀ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਉੱਧਰ ਵੇਖੋ ਕੀ ਚੱਲੀ ਜਾ ਰਿਹਾ ਲੈਪਟਾਪ ਦੀ ਆਵਾਜ਼ ਆਈ ਜਾ ਰਹੀ ਹੈ ਉਹ ਬੰਦ ਕਰਿਓ ਜ਼ਰਾ ਅਤੇ ਆਹ ਈਅਰਫੋਨ ਨੇ ਜਿਹੜੇ ਇਹਨਾਂ ਦੇ ਵਿੱਚ ਆ ਗਈ ਹੈ ਕੋਈ ਖਰਾਬੀ ਇਹ ਈਅਰਫੋਨ ਮੇਰੇ ਨਹੀਂ ਹੈਗੇ ਮੇਰੀ ਸਿਸਟਰ ਦੇ ਹੈਗੇ ਨੇ ਅਤੇ ਅੱਜ ਇਹਨੂੰ ਠੀਕ ਕਰਵਾਉਣ ਵਾਸਤੇ ਜਾਣਾ ਵਨ ਪਲੱਸ ਦੇ ਸਰਵਿਸ ਸੈਂਟਰ ਤੇ ਕੀ ਪੰਗਾ ਪਿਆ ਇਹਦਾ ਇੱਕ ਸਾਈਡ ਆਵਾਜ਼ ਆ ਰਹੀ ਹੈ ਇੱਕ ਸਾਈਡ ਨਹੀਂ ਆ ਰਹੀ ਹੈ ਕਿੱਥੇ ਕਿਹੜੀ ਸਾਈਡ ਆ ਰਹੀ ਤੇ ਕਿਹੜੀ ਸਾਈਡ ਨਹੀਂ ਆ ਰਹੀ ਲੈਫਟ ਸਾਈਡ ਆਉਂਦੀ ਹੈ ਰਾਈਟ ਸਾਈਡ ਨਹੀਂ ਆ ਰਹੀ ਹੈ ਕਦੀ ਕਦੀ ਆ ਵੀ ਜਾਂਦੀ ਹੈ ਫਿਰ ਲੈਟਸ ਸੀ ਹਜੇ ਤੇ ਵਾਰੰਟੀ ਪੀਰੀਅਡ ਵਿੱਚ ਹੈਗਾ ਹੈ ਤੇ ਇਹ ਕਿਹੜਾ ਫੋਨ ਹੈ ਨਵੇਂ ਵਾਲਾ ਜਿਹੜਾ ਕੱਲ ਆਇਆ ਨਹੀਂ ਪੁਰਾਣਾ ਵਾਲਾ ਹੈ ਇਹਨੂੰ ਰਿਪੇਅਰ ਕਰਾਉਣਾ ਹੈ ਇਹਦਾ ਪਾਵਰ ਬਟਨ ਨਹੀਂ ਚੱਲ ਰਿਹਾ ਹੈ ਪਾਵਰ ਬਟਨ ਨਹੀਂ ਚੱਲ ਰਿਹਾ ਯੈਸ ਚਲੋ ਠੀਕ ਹੈ ਇੱਕੋ ਜਗ੍ਹਾ ਤੋਂ ਦੋਵੇਂ ਕੰਮ ਹੋ ਜਾਣਗੇ ਹਾਂਜੀ ਬਾਬਾ ਜੀ ਕੀ ਕਰਦੇ ਪਏ ਹੋ ਹੈ ਟੈਡੀ ਵਾਲਾ ਕੁੱਕੂ ਚਾਹੀਦਾ ਹਾਏ ਓਏ ਟੈਡੀ ਵਾਲਾ ਕੁੱਕੂ ਆ ਰਿਹਾ ਤੇਰਾ ਟੈਡੀ ਵਾਲਾ ਕੁੱਕੂ ਅੱਛਾ ਟੈਡੀ ਵਾਲਾ ਕੁੱਕੂ ਹੈ ਕਿ ਕੰਬਲ ਹੈ ਹਾਂ ਕੰਬਲ ਹੈ ਤੇ ਤੂੰ ਕੰਬਲ ਨੂੰ ਕੁੱਕੂ ਕੋ ਕਹਿੰਦਾ ਦੱਸ ਚੱਲ ਮੈਂ ਬੈਠਦੇ ਰੱਖਦਾ ਗਿਰਨਾ ਚਾਹੀ ਭਾਰਾ ਹੈ ਨਾ ਕਾਕੇ ਨੇ ਜਾਣਾ ਮੇਰੇ ਨਾਲ ਫੋਨ ਠੀਕ ਕਰਾਉਣ ਚੜ੍ਹ ਜਾ ਸ਼ਾਬਾਸ਼ ਕਾਕਾ ਚੜ ਗਿਆ ਪੁੱਤੂ ਸਤੰਬਰ ਦਾ ਮਹੀਨਾ ਚੱਲਣ ਡਿਆ ਉੱਪਰ ਪੱਖਾ ਚੱਲਦਾ ਪਿਆ ਹੈ ਤੇ ਤੁਸੀਂ ਇਹ ਕੰਬਲ ਲੈ ਕੇ ਕਿਉਂ ਬਹਿਣਾ ਇਹ ਦੱਸੋ ਪਹਿਲਾਂ ਮੈਨੂੰ ਉਹ ਦੇਖ ਉਹਦੇ ਕੰਬਲ ਵੇਖ ਕਿੱਦਾਂ ਲੈ ਰਹੇ ਹਾਏ ਨੀ ਇਸ ਮੁੰਡੇ ਨੂੰ ਇੰਨੀ ਠੰਡ ਲੱਗ ਗਈ ਕੱਕਰ ਪੈ ਗਿਆ ਕੱਕਰ ਕਾਕਾ ਜੀ ਇੰਨੀ ਠੰਡ ਤੂੰ ਸਰਦੀਆਂ 'ਚ ਕੀ ਕਰਿਆ ਕਰੇਗਾ ਯਾਰ ਕੰਮ ਕਰੇਗਾ ਤੂੰ ਸਰਦੀਆਂ ਦੇ ਵਿੱਚ ਮੈਨੂੰ 10-15 ਰਜਾਈਆਂ ਉੱਡ ਲਏਗਾ ਹੈ ਇਹਨੂੰ ਗਰਮੀ ਵੀ ਨਹੀਂ ਲੱਗਦੀ ਨਾ ਤੇ ਕੰਬਲ ਲੈ ਕੇ ਕਿੱਦਾਂ ਬਹਿ ਜਾਂਦਾ ਇੰਨਾ ਪਿਆਰ ਹੈ ਤੇਰਾ ਕੰਬਲ ਦੇ ਨਾਲ ਵੇਖਣ ਵਾਲੇ ਨੇ ਕਹਿਣਾ ਸ਼ਾਇਦ ਮੁੰਡੇ ਨੂੰ ਠੰਡ ਲੱਗਦੀ ਹੋਵੇ ਪਰ ਇਹਨੂੰ ਠੰਡ ਹੁਣ ਕੋਈ ਨਹੀਂ ਲੱਗਦੀ ਇਹਦਾ ਵੈਸੇ ਹੀ ਇਸ ਕੰਬਲ ਦੇ ਨਾਲ ਬੜਾ ਪਿਆਰ ਹੈ ਇਹ ਪਾਣੀ ਪੀਂਦਾ ਹੈ ਤੇ ਇਹਨੂੰ ਤਾਂ ਕੰਬਲ ਚਾਹੀਦਾ ਅੱਜ ਤਾਂ ਲੈਪਟਾਪ ਚਲਾਉਣਾ ਤੇ ਤਾਂ ਵੀ ਕੰਬਲ ਲੈ ਕੇ ਬਹਿ ਗਿਆ ਰਾਤ ਵਾਲੀ ਸਬਜ਼ੀ ਅੱਛਾ ਸਾਂਬਰ ਵੀ ਹੈ ਚਲੋ ਫਿਰ ਬਣਾਓ ਡੋਸੇ ਸ਼ਾਬਾਸ਼ ਨੂੰ ਸੁਸੂ ਆ ਗਿਆ ਤੇ ਡੋਸਾ ਹੁਣ ਆਪਾਂ ਬਣਾਵਾਂਗੇ ਚੱਲੇ ਹੋ ਕੀ ਕਰਨਾ ਮਖਾਣੇ ਖਾਣੇ ਨੇ ਅੱਛਾ ਜੀ ਮਖਾਣੇ ਖਾਣੇ ਨੇ ਵੀ ਕਾਕੇ ਨੇ ਪੁੱਤੂ ਉੱਥੇ ਤੇ ਮਖਾਣੇ ਹੈ ਨੀ ਉਹਦੇ ਵਿੱਚ ਨੀ ਹੈਗੇ ਮਖਾਣੇ ਆਓ ਆਪਾਂ ਲੈ ਕੇ ਆਈਏ ਮਖਾਣੇ ਉੱਥੋਂ ਲੈ ਕੇ ਆਉਂਦੇ ਹਾਂ ਮਖਾਣੇ ਮੰਮਾ ਦੇ ਕੋਲੋਂ ਮਖਾਣੇ ਲੈ ਕੇ ਆਵਾਂਗੇ ਠੀਕ ਹੈ ਹਾਂ ਵੀ ਮੰਮਾ ਮਖਾਣੇ ਦੇ ਦਿਓ ਕਾਕੇ ਨੇ ਮਖਾਣੇ ਖਾਣੇ ਨੇ ਫਿਰ ਡੋਸਾ ਕੌਣ ਖਾਏਗਾ ਡੋਸਾ ਕੌਣ ਖਾਏਗਾ ਹੈ ਨੋ ਨੂੰ ਫਿਰ ਡੋਸਾ ਕੌਣ ਖਾਏਗਾ ਬੀਬਾ ਬੱਚਾ ਬੜਾ ਲੋ ਮਖਾਣੇ ਖਾ ਲੋ ਨੋਨੂੰ ਕਿੱਦਾਂ ਕਹਿੰਦਾ ਮੱਖ ਖਾਣੇ ਕਿੱਦਾਂ ਟੇਬਲ ਤੇ ਬਹਿ ਖਾਓਗੇ ਉੱਥੇ ਦੇਖੋ ਉੱਥੇ ਡੋਸੇ ਬਣਦੇ ਪਏ ਆ ਨੋਨੂੰ ਖਾਏਗਾ ਡੋਸੇ ਖਾਏਗਾ ਇੱਥੇ ਸਾਂਬਰ ਵੀ ਹੈ ਇਹਦੇ ਵਿੱਚ ਇੱਥੇ ਡੋਸੇ ਬਣਦੇ ਪਏ ਨੇ ਰੋਟੀ ਖਾਓਗੇ ਡੋਸੇ ਨਹੀਂ ਖਾਣੇ
चलो मखाने खा लो ठीक है, फिर आप बाद च डोसे खावांगे। ओके डोसा खा रहे हो? पुत्तू डोसा खा रहे हो? डोसा खान विच काका मस्त कुछ नहीं बोलेगा। मैं आया जी TDI मॉल, तो ईयरफोन जिदे बारे दे विच तुहानूं दस्या सीगा कि खराब हो गए ने, वो ठीक करवाने ने। तो हूँ इस टाइम मैं TDI मॉल इत्थे पहुँच चुके हैं, तो वेखदे अंदर सर्विस सानू भी मिलती है कि नहीं मिलती। बाकी ये झूले झाले इत्थे ला दिते आ, पहलां हुंदे नहीं सीगे इत्थे, पर हुण बहुत शानदार बनाया होया। सारे का सारा मॉल जड़ा वो खाली पिया। मॉल दे विच आए हैं ते मास्क मैं लेके नहीं आया, इस करके बन लिया पर मॉल। ते वन प्लस दे सर्विस सेंटर गए सीगे, वो अजे कहंदे पए ने कि अद्धा घंटा लगेगा क्योंकि भीड़ बहुत ज़्यादा है। 27 नंबर चलता पाया, तो साडा नंबर जोड़ा वो 34 नंबर है, उत्थे वाहवा टाइम लग जाना। और मेरे पिछे है वन प्लस का सर्विस सेंटर, अद्धा घंटा वेट करते हैं इस मॉल के घूमते हैं उन्नी देर, तो बाद जो अपना टाइम आएगा उदो फिर जाने उ। शाबाश के वास्ते आ वधिया इत्थे खेडन, पर मिट्टी वेखो कि पई हुई है, लगता जे बच्चों वास्ते खुलिया नहीं है, करोना दे करके इनू बंद किया हो। बॉल्स वाला कितना वधिया लगता हुंदा सी ना, मेरी शुरू तो इच्छा हुंदी सी मैं इहदे विच खेडां, पर मैं एक बारी भी इहदे विच ना खेड नहीं सकिया। 30 साल दी उम्र हो गई है, पर मेरी बड़ी इच्छा हुंदी सी छोटे हुंदे। एक आ बॉलां वाली गेम, तो एक सी गड्डियां आपस दे विच टकराने वाली गेम। यह दोनों गेमां दा ना मैनू बड़ा शौक सीगा। तो एक हुंदा सी गुदगुदा जिहा जंप करन वाला, गुदगुदा जिहा जिहड़ा हुंदा सी जिहदे उत्ते जंप कर करके कदी उत्ते कदी थल्ले कदी उत्ते कदी थल्ले, वह बड़ा मज़ा आता हुंदा सीगा। आ तुसीं मेरे सामने एक बंदा बैठे वेख रहे हो गए, आ वाला यह पता कौन है? ये पंडित जी बैठे हुए ने। किन्नी कमाल दी गल है कि मॉल दे विच भी पंडित आ के बहन लग गए ने, ते इत्थे ज्योतिष वाला काम शुरू हो गया, अगरबत्ती बाली हुई है पंडित जी ने, तो बड़े आराम नाल बैठे ने इत्थे पत्रियां वेखदे पए ने। कमाल है, मॉल्स दे विच भी पंडित आ के बहन लग गए, मैं तो हैरान हो ही जाना। लो जी आप आ गए हाँ मॉल तो बाहर, तो वन प्लस के जोड़े ईयरफोन खराब हो गए थे उन्होंने दिखाए, तो उन्होंने नवे ईयरफोन दे दते ने, पहले वाले उन्होंने आप रख ले ने, ते सैट जोड़ा वो पूरे का पूरा चेंज कर दिता है। तो फोन दे जड़ी गड़बड़ सी वो भी ठीक कर दिती है, वो साइड के उत्ते जोड़ा बटन है वो कोई प्रॉब्लम आ रही सी तो वह भी ठीक कर दिती है, तो साढ़े को कुछ भी उन्होंने चार्ज नहीं किया। सो वन प्लस की जी सर्विस हैगी है वो बहुत वधिया हैगी है। हुण करिए स्कूटर स्टार्ट ते चलिए घर। वो कह रहे अही नहीं ठीक करके दे रहे, ठीक है वो कह रहे अही नहीं ठीक करके दे रहे। बेड़ा तर जे ए चाबी लग जाएगी, लाती नोनू ने चाबी ओए
ਹੁਣ ਖੁੱਲਾ ਤੇ ਹੈ ਨੀ ਦਰਵਾਜ਼ਾ ਕਿਵੇਂ ਖੋਲੋਗੇ ਲੈ ਫਿਰ ਨੀ ਖੁੱਲਾ ਚਾਬੀ ਵੀ ਲੱਗ ਗਈ ਕੁੰਡੀ ਵੀ ਉੱਪਰ ਕਰਤੀ ਦਰਵਾਜ਼ਾ ਤੇ ਖੁੱਲਾ ਨੀ ਬੰਦ ਕਿਵੇਂ ਖੁੱਲੇਗਾ ਖੋਲੋ ਖੋਲੋ ਘੁਮਾਓ ਚਾਬੀ ਨਹੀਂ ਖੁੱਲਾ ਨਹੀਂ ਖੁੱਲਾ ਵੀ ਨਹੀਂ ਖੁੱਲਾ ਹਾਂਜੀ ਪਿਆਰਿਓ ਕੀ ਕਰਦੇ ਪਏ ਹੋ ਕੀ ਕਰ ਰਹੇ ਹੋ ਮਾਈਕ ਇਨ ਮਾਈਕ ਮਾਈਕ ਕਿਹੜਾ ਮਾਈਕ ਖੋਲੋ ਕਿਹੜਾ ਮਾਈਕ ਖੋਲੋ ਬੰਦ ਬੰਦ ਕੀ ਪਾਇਆ ਕਰੀ ਲੈ ਮਾਈਕ ਮਾਈਕ ਇਸ ਕੀ ਪਾਇਆ ਅੱਜ ਤੁਸੀਂ ਕੀ ਬਾਤ ਤਾਂ ਮਾਈਕ ਚ ਹੈ ਛਾਲ ਪਾਤੇ ਓਹੋ ਸੈੱਲ ਪਾਤੇ ਨੇ ਚੱਲ ਪਿਆ ਮਾਈਕ ਮਾਈਕ ਚੱਲ ਪਿਆ ਖਾਬ ਹੋ ਗਿਆ ਚੱਲ ਅੱਜ ਮੈਂ ਬਾਹਰ ਜਾਵਾਂਗਾ ਨਾ ਮੈਂ ਸੈੱਲ ਲੈ ਕੇ ਆਵਾਂਗਾ ਫਿਰ ਤੇਰੇ ਮਾਈਕ ਦੇ ਵਿੱਚ ਪਾ ਦਾਂਗੇ ਠੀਕ ਹੈ ਓਕੇ ਕਹਿ ਦੋ ਓਕੇ ਕਹਿ ਦੋ ਓਕੇ ਅੱਛਾ ਅੱਜ ਸਵੇਰੇ ਸ਼ਾਬਾਨ ਨੇ ਮੰਮਾ ਕੋਲੋਂ ਕੀ ਮੰਗਿਆ ਸੀ ਉੱਠ ਕੇ ਮੰਮਾ ਕੀ ਦੇ ਦੋ ਕੀ ਦੇ ਦੋ ਲਾਪਾ ਤੇ ਫਿਰ ਮੰਮਾ ਨੇ ਪੁੱਛਿਆ ਸ਼ਾਬਾਜ਼ ਨੂੰ ਕਿ ਕੀ ਕਰੇਗਾ ਸ਼ਾਬਾਜ਼ ਕਹਿੰਦਾ ਕੰਮ ਮੈਂ ਕਿਹਾ ਕਿਹੜਾ ਕੰਮ ਮੈਂ ਕਿਹਾ ਕੀ ਕਰਨਾ ਹੈ ਕਿੱਥੇ ਚੱਲੇ ਹੋ ਕਹਿੰਦਾ ਮੇਲ 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 ਕਰਨੀ ਹੈ ਮੇਲ ਕਰਨੀ ਹੈ ਤੁਹਾਡਾ ਬੇੜਾ ਤਰਜੇ ਭਈਆ ਭਈਆ ਆਵਾਜ਼ ਆਈ ਸੀ ਓਹੋ ਅੱਛਾ ਡੋਸਾ ਖਾ ਕੇ ਢਿੱਡੀ ਭਰੀ ਕਿ ਨਹੀਂ ਭਰੀ ਕਿਹੜੀ ਵਾਲੀ ਢਿੱਡੀ ਭਰੀ ਹੈ ਕਿਹੜੀ ਵਾਲੀ ਇੱਧਰ ਇੱਧਰ ਸਿਰ ਨਾ ਬਣਾ ਲਈ ਇੱਧਰ ਆਓ फिर बजा लो फिर बजा लो फिर बजाती फिर डांसी फिर डांसी ਕਰ ਦੋ ਸ਼ਰਾਰਤੀ ਅੱਖਾਂ ਸ਼ਰਾਰਤੀ ਅੱਖਾਂ ਕਰ ਲੋ ਟੀਮ ਬੰਦ ਹੋ ਜਾਣੀ ਹੈ ਯੇ ਹੈਪੀ ਸਪੈਸ਼ਲ ਡੇ ਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰ ਦਿਓ ਅਤੇ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਾ ਦਿਓ ਧੰਨਵਾਦ ਬਾਏ।